ਇਹ ਜਿਹੜੀ ਕੋਂਗਟਾ ਟ੍ਰੇਨ ਆ ਇਹ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦਾ ਬਿਮਾਰੀਆਂ ਜਿਹੜੀਆਂ ਦੇ ਕਰਕੇ ਫੈਲ ਰਹੀਆਂ ਸੀਗੀਆਂ। ਔਰ ਅਸੀਂ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਵਾਅਦਾ ਕੀਤਾ ਸੀ, ਬੇਸ਼ੱਕ ਇਲੈਕਸ਼ਨ ਆਪਾਂ ਨਹੀਂ ਜਿੱਤ ਸਕੇ, ਪਰ ਆਪਾਂ ਨੂੰ 2,14,000 ਸ਼ਹਿਰੀਆਂ ਨੇ ਵੋਟ ਪਾਈ ਹੈ। ਅਤੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਤੁਹਾਨੂੰ ਇਹ ਡਰੇਨ ਜਿਹੜੀ ਠੀਕ ਕਰਾ ਕੇ ਦੇਵਾਂਗੇ। ਜੇ ਡਰੇਨ ਠੀਕ ਨਹੀਂ ਹੁੰਦੀ ਤਾਂ ਆਪਣੇ ਬਹੁਤ ਲੋਕਾਂ ਨੂੰ ਜਿਹੜਾ ਕਿਡਨੀਆਂ ਦਾ ਕੈਂਸਰ ਦਾ ਬਹੁਤ ਜ਼ਿਆਦਾ ਲੋਕ ਫਾਇਦੇ ਸੀ। ਮੈਨੂੰ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਦੱਸਿਆ ਕਿ ਇਹਦਾ ਕੋਈ ਹੱਲ ਕਰੋ। ਸੋ ਅਜੇ 4 ਤਰੀਕ ਨੂੰ ਰਿਜ਼ਲਟ ਆਇਆ ਸੀਗਾ, ਤਾਂ ਅੱਜ ਤੁਸੀਂ ਦੇਖ ਲਓ ਕਿੰਨੇ ਦਿਨ ਹੋਏ। ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਡਰੇਨ ਠੀਕ ਕਰਾਵਾਂਗੇ। ਇਹ ਮੇਰਾ ਪਹਿਲਾ ਪ੍ਰੋਜੈਕਟ ਹੈ, ਮੈਂ ਇਸ ਡਰੇਨ ਨੂੰ ਤੋੜ ਪਹਿਲਾਂ ਇਹਨੂੰ ਕਲੀਨ ਕਰਾਵਾਂਗੇ। ਇਹਦਾ ਤਾਂ ਅਸੀਂ ਪ੍ਰੋਜੈਕਟ ਮੇਰੇ ਨਾਲ ਕ੍ਰਿਸ਼ਨ ਨੇ, ਸਰਦਾਰ ਹਰਪ੍ਰੀਤ ਸਿੰਘ IAS ਅਫਸਰ ਨੇ, ਸਾਡੀ ਪਾਰਟੀ ਦੇ ਆਗੂ ਨੇ, ਨੌਜਵਾਨ ਆਗੂ ਸਾਡੇ ਗਰੋਵਰ ਸਾਹਿਬ, ਮਨੀਸ਼ ਜੀ ਭੁੱਲਰ ਸਾਹਿਬ ਸਾਰੇ ਆਏ। ਅਸੀਂ ਇਹਦਾ ਪ੍ਰੋਜੈਕਟ ਵੀ ਪੂਰਾ ਤਿਆਰ ਕਰ ਲਿਆ, ਇਹਨੂੰ ਸਹੀ ਢੰਗ ਨਾਲ ਕਰ ਲਈ, ਪਰ ਇਹਨੂੰ ਪਹਿਲਾਂ ਸਫਾਈ ਬਹੁਤ ਜ਼ਰੂਰੀ, ਕਿਉਂਕਿ ਅੱਗੇ ਬਾਰਿਸ਼ ਦੇ ਦਿਨ ਹੈ, ਲੋਕਾਂ ਦੇ ਘਰਾਂ 'ਚ ਪਾਣੀ ਵੜ ਜਾਂਦਾ। ਸੋ ਅੱਜ ਆਪਾਂ ਇਹਨੂੰ ਸ਼ੁਰੂ ਕੀਤਾ ਔਰ ਇਹਨੂੰ ਜਲਦੀ ਇਹਦਾ ਪ੍ਰੋਜੈਕਟ ਜਿਹੜਾ ਉਹ ਪਾਸ ਕਰਾ ਕੇ ਫਿਰ ਇਹਨੂੰ ਜਿਹੜਾ ਅਸੀਂ ਅੰਮ੍ਰਿਤਸਰ ਦੇ ਲੋਕਾਂ ਦਾ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਗ੍ਰੀਨ ਐਂਡ ਕਲੀਨ ਜਿਹੜੀ ਮੁਹਿੰਮ ਹੈ ਉਹ ਅਸੀਂ ਸ਼ੁਰੂ ਕਰਾਂਗੇ ਕਿ ਸ਼ਹਿਰ ਨੂੰ ਮਤਲਬ ਜਿਹੜਾ ਸਾਫ਼ ਸੁਥਰਾ ਰੱਖਣਾ। ਅਗਲੇ ਦਿਨ 'ਚ ਮੈਂ ਤੁਹਾਨੂੰ ਦੱਸੂਗਾ ਕਿ ਅਸੀਂ ਸ਼ਹਿਰ ਦੇ ਵਿੱਚ ਰੁੱਖ ਵੀ ਲਾਵਾਂਗੇ, ਗ੍ਰੀਨ ਵੀ ਜਿਹੜਾ ਸ਼ਹਿਰ ਨੂੰ ਰੁੱਖ ਲਾਵਾਂਗੇ, ਸ਼ਹਿਰ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੈ ਉਹਨੂੰ ਠੀਕ ਕਰਾਂਗੇ। ਇਹ ਸਾਡਾ ਪ੍ਰੋਜੈਕਟ ਹੈ ਸਭ ਤੋਂ ਵੱਡਾ। ਸੋ ਮੈਂ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸੀ ਇਲੈਕਸ਼ਨ ਦੇ ਵਿੱਚ, ਕਿਉਂਕਿ ਮੈਂ ਲੋਕਾਂ ਨੂੰ ਕਿਹਾ ਕਿ ਅਸੀਂ ਉਹ ਲੋਕ ਨਹੀਂ ਜਿਹੜੇ ਵੋਟਾਂ ਲੈ ਕੇ ਚੱਲ ਜਾਂਗੇ ਜਾਂ ਜਦੋਂ ਚੜ ਜਾਂਗੇ, ਅਸੀਂ ਇੱਥੋਂ ਦੇ ਰਹਿਣ ਵਾਲੇ ਹਾਂ, ਇੱਥੇ ਹੀ ਕੰਮ ਕਰਨਾ। ਸੋ ਅੱਜ ਸਾਰੇ ਅਫਸਰਾਂ ਨੂੰ ਨਾਲ ਲੈ ਕੇ, ਨਗਰ ਨਿਗਮਾਂ ਨੂੰ, ਸਭ ਨੂੰ ਮੈਂ ਆਇਆ ਔਰ ਇਸ ਪਹਿਲਾਂ ਇਹਨੂੰ ਐਪ ਪਾਸੇ ਸਾਫ਼ ਕਰਾਂਗੇ ਸਾਰੀ ਜਿੱਥੋਂ ਸ਼ਹਿਰ ਦੇ ਵਿੱਚ ਸ਼ੁਰੂ ਹੁੰਦੀ ਹੈ, ਫਿਰ 2-4 ਦਿਨ 'ਚ ਐਪ ਪਾਸੇ ਤੋੜ ਹੀ ਇਹਨੂੰ ਸਾਫ਼ ਕਰਕੇ ਅਤੇ ਬਾਅਦ ਦੇ ਵਿੱਚ ਇਹਦਾ ਪ੍ਰੋਜੈਕਟ ਪਾਸ ਕਰਾ ਕੇ ਇਹਨੂੰ ਫਿਰ ਠੀਕ ਕਰਾਂਗੇ, ਵਧੀਆ ਜਿਹੜਾ ਲੋਕਾਂ ਦਾ ਮਸਲਾ ਜਿਹੜਾ ਹੱਲ ਹੋ। ਟੋਟਲ ਤਾਂ ਹੀ ਸ਼ੁਰੂ ਕੀਤਾ, ਅੱਜ ਸ਼ੁਰੂ ਕਰਤਾ, ਕਿਉਂਕਿ ਲੋਕ ਉਹਨੂੰ ਕਹਿੰਦੇ ਸੀਗੇ ਕਿ ਤੁਸੀਂ ਤੁਸੀਂ ਕਰ ਦਿਓ ਜੀ, ਜੇ MP ਨੇ ਨਹੀਂ ਕੀਤਾ। ਮੈਂ ਕਿਹਾ ਇਹੀ ਕਰ ਦਿਆਂਗੇ, ਘਬਰਾਓ ਨਾ। ਸੋ ਜੇ ਤੁਹਾਡਾ ਸਵਾਲ ਨਹੀਂ, ਕਿਉਂਕਿ ਮੈਂ ਤਾਂ ਸਮਝਦਾ ਕਿ ਲੋਕਾਂ ਨੇ ਜਿੰਨੀਆਂ ਵੋਟਾਂ ਪਾਈਆਂ, 2,15,000 ਵੋਟ ਪਈ, 14,000 ਬਹੁਤ ਵੱਡੀ ਵੋਟ, ਸ਼ਾਇਦ ਦੇ ਕਿੰਨੇ ਲੋਕਾਂ ਨੇ ਆਪਾਂ ਨੂੰ ਵੋਟਾਂ ਪਾਈਆਂ। ਸੋ ਲੋਕਾਂ ਦੀ ਮੰਗ ਨੂੰ ਮੁੱਖ ਰੱਖ ਕੇ ਸਭ ਤੋਂ ਪਹਿਲਾਂ ਅੱਜ ਜਿਹੜਾ ਵਿਕਾਸ ਕਾਰਜ ਜਿਹੜੇ ਆ ਸਭ ਤੋਂ ਜ਼ਰੂਰੀ ਪ੍ਰੋਜੈਕਟ ਜਿਹੜਾ ਉਹਨੂੰ ਮਤਲਬ ਸ਼ੁਰੂ ਕੀਤਾ। ਨਹੀਂ, ਪਹਿਲਾਂ ਸਾਫ਼ ਕਰਾਂਗੇ, ਮੁੜ ਕੇ ਇਹਨੂੰ ਫਿਰ ਬੰਦ ਕਰਾਂਗੇ, ਵਧੀਆ ਕਰਾਂਗੇ। ਪਹਿਲਾਂ ਸਾਫ਼ ਕਰਨਾ ਬਹੁਤ ਜ਼ਰੂਰੀ। ਪਹਿਲਾਂ ਸਾਫ਼ ਕਰ, ਹਾਂਜੀ ਹਾਂਜੀ, ਮੈਨੂੰ ਪਤਾ ਇਹਦੇ ਥੱਲੇ ਪਾਈਪਾਂ ਹੈਗੀਆਂ, ਜਿੱਥੇ ਛੋਟੀਆਂ ਉੱਥੇ ਵੱਡੀਆਂ ਪਾ ਦਾਂਗੇ, ਵੱਡੀਆਂ ਪਈਆਂ ਨਾ, ਕੋਈ ਗੱਲ ਉਹਨੂੰ ਥੱਲੇ ਦੀ ਪਾਣੀ ਪਾਈਪਾਂ ਦੇ ਵਿੱਚ ਉਹਦੀ ਕਰ ਦਿਆਂਗੇ। ਸਾਈਡ ਤੇ ਜਿਹੜਾ ਡਰੇਨ ਨੂੰ ਇੱਕ ਪ੍ਰੋਜੈਕਟ ਹੈ ਸਾਡਾ, ਇਹਨੂੰ ਓਦਾਂ ਸਾਈਡਾਂ ਪੱਕੀਆਂ ਕਰਕੇ ਵਧੀਆ ਕਰ ਦਾਂਗੇ, ਜਿਹੜਾ ਨਹਿਰ ਦਾ ਪਾਣੀ ਵਗੈਰਾ ਜਿਹੜਾ ਜਾਂ ਮੀਂਹ ਦਾ ਪਾਣੀ ਇੱਥੇ। ਉਹ ਵੀ ਬਣਾ ਦਾਂਗੇ, ਉਹ ਨੋਟਿਸ ਦੇ ਵਿੱਚ ਉਹ ਵੀ ਬਣਾ ਦਾਂਗੇ।
ਬਣਾ ਦਾਂਗੇ ਬਣਾ 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 ਬਣਾ